ਅਕਾਲੀ ਦਲ, ਹਾਲਾਂਕਿ ਤੁਹਾਡੇ ਇੱਥੇ ਵਜੂਦ ਦੀ ਗੱਲ ਕੀਤੀ ਜਾਵੇ, ਭਾਵੇਂ ਵੋਟਰਸ ਤੁਹਾਡੇ ਬਹੁਤ ਸਾਰੇ ਹੋਣਗੇ, ਪਰ ਹਮੇਸ਼ਾ ਤੋਂ ਹੀ ਬੀਜੇਪੀ ਜਿਹੜੀ ਹੈ ਇੱਥੋਂ ਚੋਣ ਲੜਦੀ ਰਹੀ ਹੈ। ਦਲਜੀਤ ਸਿੰਘ ਚੀਮਾ ਜੀ ਇੱਥੋਂ ਚੋਣ ਲੜ ਰਹੇ ਨੇ, ਕੀ ਰੋਡ ਮੈਪ ਲੈ ਕੇ ਤੁਸੀਂ ਚੱਲ ਰਹੇ ਹੋ, ਕੀ ਕਰੋਗੇ ਪਠਾਨਕੋਟ ਦੇ ਵਾਸੀਆਂ ਦੇ ਲਈ, ਕੀ ਕਰੋਗੇ ਤੁਸੀਂ ਗੁਰਦਾਸਪੁਰ ਦੇ? ਮੈਂ ਪਹਿਲੇ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਆ, ਜਿਹੜਾ ਲੋਕਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਮੁੱਦਿਆਂ ਦੀ ਗੱਲ ਨੂੰ। 2 ਮਿੰਟ ਤੁਹਾਡੇ ਲਵਾਂਗਾ, ਤੁਹਾਡੇ ਇਸ ਗੱਲ ਦਾ ਜਵਾਬ ਮੈਂ ਥੋੜ੍ਹਾ 1 ਮਿੰਟ ਬਾਅਦ ਦੇਵਾਂਗਾ। ਪਹਿਲੇ ਮੈਂ ਥੋੜ੍ਹਾ ਜਿੰਨਾ ਇਸ ਟਾਈਮ ਰੂਲਿੰਗ ਤੋਂ ਇੱਕ ਕੁਐਸਚਨ ਪੁੱਟ ਕਰਨਾ ਚਾਹੁੰਦਾ ਕਿ ਪਿਛਲੇ ਦਿਨੀ ਆਪਣਾ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ MLA ਸੀਗੇ, ਉਹਨਾਂ ਨੇ ਇੱਕ ਕੰਪੇਨ ਦੇ ਵਿੱਚ ਇਹ ਕਿਹਾ ਕਿ ਵੀ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਨਸ਼ੇ ਦਾ ਬਹੁਤ ਜ਼ਿਆਦਾ ਕਹਿ ਰਿਹਾ, ਔਰ ਇਸ ਗੱਲ ਨੂੰ ਆਪਾਂ ਬੱਚਾ ਬੱਚਾ ਜਾਣਦਾ ਕਿ ਨਸ਼ਾ ਅੱਜ ਕਰਿਆਨੇ ਦੀ ਦੁਕਾਨਾਂ ਤੋਂ ਵੀ ਮਿਲ ਰਿਹਾ ਓਪਨਲੀ। ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਹ ਨਸ਼ਾ, ਜਦੋਂ ਮੈਂ SSP ਨਾਲ ਗੱਲ ਕੀਤੀ, ਉਹਦੇ ਨਾਲ ਪੁੱਛਿਆ ਗਿਆ ਔਰ ਮੈਂ ਉੱਪਰ ਕੰਪਲੇਂਟ ਕੀਤੀ ਕਿ ਵੀ ਤੁਹਾਡਾ SSP, ਤੁਹਾਡਾ SHO ਇਹ ਨਸ਼ਾ ਵਿਕਾ ਰਿਹਾ, ਅਤੇ ਉੱਤੋਂ ਮੈਨੂੰ ਜਵਾਬ ਮਿਲਦਾ ਕਿ ਇਹ ਰਾਘਵ ਚੱਡਾ ਦੇ ਬੰਦੇ ਨੇ। ਇਹ ਮੈਨੂੰ ਦੱਸਿਆ ਜਾਏ ਕਿ ਵੀ ਇਹ ਨਸ਼ਾ ਜਿਹੜਾ ਵੈ ਸਰਕਾਰ ਮਿਲ ਕੇ ਆਪਣਾ ਜਿਹੜੀ ਵਿਕਾ ਰਹੀ ਹੈ। ਅੱਜ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ, ਲਾਅ ਐਂਡ ਆਰਡਰ ਬਿਲਕੁਲ ਹੀ ਖਤਮ ਹੋ ਚੁੱਕਿਆ, ਔਰ ਜਿਹੜਾ ਕੰਮ ਕਦੀ ਅਸੀਂ ਇਹ ਸੁਣਦੇ ਹੁੰਦੇ ਸੀ ਅਖਬਾਰਾਂ 'ਚ ਕਿ ਇਹ ਬਿਹਾਰ 'ਚ ਚੱਲ ਰਿਹਾ ਜੀ, ਬਿਹਾਰ ਦੇ ਲੋਕਾਂ ਕੋਲੋਂ ਉੱਥੇ ਆਪਣਾ ਵਸੂਲੀ ਕੀਤੀ ਜਾਂਦੀ ਹੈ, ਹਫ਼ਤਾ ਵਸੂਲੀ ਜਾਂ ਜੋ ਵੀ ਆਪਾਂ ਲੈ ਸਕਦੇ ਹਾਂ ਉਹਨਾਂ ਕੋਲੋਂ, ਹੈ ਨਾ, ਉਹ ਉੱਥੇ ਸੁਣਿਆ ਜਾਂਦਾ ਸੀ, ਲੇਕਿਨ ਅੱਜ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਗਿਆ ਲਾਅ ਐਂਡ ਆਰਡਰ ਨੂੰ ਲੈ ਕੇ। ਔਰ ਜਿਹੜੀ ਤੁਸੀਂ ਗੱਲ ਕਰਦੇ ਚੀਮਾ ਸਾਹਿਬ ਦੀ, ਇੱਕ ਤੁਹਾਡੀ ਉਸ ਗੱਲ ਦਾ ਗੱਲ ਕਰ, ਵੇਖੋ ਚੀਮਾ ਸਾਹਿਬ ਦੇ ਰੋਡ ਮੈਪ ਦੇ ਵਿੱਚ ਕਾਫੀ ਸਾਰੇ ਮੈਪ ਨੇ, ਲੇਕਿਨ ਮੈਂ ਪਠਾਨਕੋਟ ਦੀ ਗੱਲ ਕਰਦਾ, ਜ਼ਿਆਦਾ ਦੂਰ ਨਹੀਂ ਜਾਂਦਾ, ਕਿਉਂਕਿ ਪਠਾਨਕੋਟ ਜਿਹੜਾ ਵਾ ਸਾਡਾ ਇੱਕ ਬਾਰਡਰ ਸਟੇਟ ਹੈ, ਜਿਹੜਾ ਕਿ ਜਿੰਨੀ ਵੀ ਇੱਥੇ ਇੰਡਸਟਰੀ ਸੀ, ਲੇਕਿਨ ਪਿਛਲੀਆਂ ਸਰਕਾਰਾਂ ਨੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਦੋਂ ਸਰਕਾਰ ਸੀਗੀ ਤਾਂ ਉਦੋਂ ਇੱਥੇ ਇੰਡਸਟਰੀਅਲ ਏਰੀਆ ਲੋਟ ਹੋਇਆ ਸੀ, ਲੇਕਿਨ ਉਹਦੇ ਬਾਅਦ ਸਰਕਾਰਾਂ ਚੇਂਜ ਹੋਣ ਦੇ ਬਾਅਦ ਉਸ ਇੰਡਸਟਰੀਅਲ ਏਰੀਏ ਨੂੰ ਉਹ ਸਬਸਿਡੀਆਂ, ਨਾ GST ਦੀ ਨਾ ਸਬਸਿਡੀਆਂ ਕੁਝ ਹੋਰ ਮਿਲੀਆਂ, ਜਿਹੜੀਆਂ ਬੈਂਕ ਸਬਸਿਡੀ ਚਾਹੀਦੀਆਂ ਸੀਗੀਆਂ, ਉਹ ਇੱਥੋਂ ਦਾ ਜਿਹੜਾ ਇੰਡਸਟਰੀਅਲ ਏਰੀਆ ਸੀ ਉਹ ਡਿਵੈਲਪ ਨਹੀਂ ਹੋ ਪਾਇਆ। ਉਹ ਜਿਹੜਾ ਜਿੰਨੀਆਂ ਵੀ ਇੰਡਸਟਰੀ ਆ, ਜਾਂ ਤਾਂ ਜਾ ਕੇ GNK 'ਚ ਲੱਗ ਰਹੀ ਹੈ ਜਾਂ ਉਹ ਹਿਮਾਚਲ ਲੱਗ ਰਹੀ ਹੈ, ਬਾਰਡਰ ਏਰੀਆ ਹੋਣ ਦੇ ਕਰਕੇ। ਲੇਕਿਨ ਇਹ ਹੈ ਕਿ ਇਹ ਇੰਡਸਟਰੀ ਸਾਨੂੰ ਇੱਥੇ ਚਾਹੀਦੀ ਹੈ, ਜਿਹੜੀ ਕਿ ਚੀਮਾ ਸਾਹਿਬ ਨੇ ਮੇਨ ਮੁੱਦਾ ਇਹ ਚੁੱਕਿਆ ਕਿ ਮੈਂ ਇਸ ਹਲਕੇ ਨੂੰ ਇੰਡਸਟਰੀਅਲ ਏਰੀਆ ਤਰੀਕੇ ਨਾਲ ਡਾਪ। ਆਪਣਾ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ MLA ਸੀਗੇ, ਉਹਨਾਂ ਨੇ ਇੱਕ ਕੰਪੇਨ ਦੇ ਵਿੱਚ ਇਹ ਕਿਹਾ ਕਿ ਵੀ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਨਸ਼ੇ ਦਾ ਬਹੁਤ ਜ਼ਿਆਦਾ ਕਹਿ ਰਿਹਾ, ਔਰ ਇਸ ਗੱਲ ਨੂੰ ਆਪਾਂ ਬੱਚਾ ਬੱਚਾ ਜਾਣਦਾ ਕਿ ਨਸ਼ਾ ਅੱਜ ਕਰਿਆਨੇ ਦੀ ਦੁਕਾਨਾਂ ਤੋਂ ਵੀ ਮਿਲ ਰਿਹਾ ਓਪਨਲੀ। ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਹ ਨਸ਼ਾ, ਜਦੋਂ ਮੈਂ SSP ਨਾਲ ਗੱਲ ਕੀਤੀ, ਉਹਦੇ ਨਾਲ ਪੁੱਛਿਆ ਗਿਆ ਔਰ ਮੈਂ ਉੱਪਰ ਕੰਪਲੇਂਟ ਕੀਤੀ ਕਿ ਵੀ ਤੁਹਾਡਾ SSP, ਤੁਹਾਡਾ SHO ਇਹ ਨਸ਼ਾ ਵਿਕਾ ਰਿਹਾ, ਅਤੇ ਉੱਤੋਂ ਮੈਨੂੰ ਜਵਾਬ ਮਿਲਦਾ ਕਿ ਇਹ ਰਾਘਵ ਚੱਡਾ ਦੇ ਬੰਦੇ ਨੇ। ਇਹ ਮੈਨੂੰ ਦੱਸਿਆ ਜਾਏ ਕਿ ਵੀ ਇਹ ਨਸ਼ਾ ਜਿਹੜਾ ਵੈ ਸਰਕਾਰ ਮਿਲ ਕੇ ਆਪਣਾ ਜਿਹੜੀ ਵਿਕਾ ਰਹੀ ਹੈ। ਅੱਜ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ, ਲਾਅ ਐਂਡ ਆਰਡਰ ਬਿਲਕੁਲ ਹੀ ਖਤਮ ਹੋ ਚੁੱਕਿਆ, ਔਰ ਜਿਹੜਾ ਕੰਮ ਕਦੀ ਅਸੀਂ ਇਹ ਸੁਣਦੇ ਹੁੰਦੇ ਸੀ ਅਖਬਾਰਾਂ 'ਚ ਕਿ ਇਹ ਬਿਹਾਰ 'ਚ ਚੱਲ ਰਿਹਾ ਜੀ, ਬਿਹਾਰ ਦੇ ਲੋਕਾਂ ਕੋਲੋਂ ਉੱਥੇ ਆਪਣਾ ਵਸੂਲੀ ਕੀਤੀ ਜਾਂਦੀ ਹੈ, ਹਫ਼ਤਾ ਵਸੂਲੀ ਜਾਂ ਜੋ ਵੀ ਆਪਾਂ ਲੈ ਸਕਦੇ ਹਾਂ ਉਹਨਾਂ ਕੋਲੋਂ, ਹੈ ਨਾ, ਉਹ ਉੱਥੇ ਸੁਣਿਆ ਜਾਂਦਾ ਸੀ, ਲੇਕਿਨ ਅੱਜ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਗਿਆ ਲਾਅ ਐਂਡ ਆਰਡਰ ਨੂੰ ਲੈ ਕੇ।